ਤੁਹਾਡਾ ਸਵਾਗਤ ਹੈ ਵੀਰੋ ਫਾਰਮੀ ਡਾਕਟਰ ਪੇਜ 'ਤੇ। ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰਕੇ ਪੇਜ ਨੂੰ ਫੋਲੋ ਕਰ ਲਿਓ। ਜਿਵੇਂ ਤੁਹਾਨੂੰ ਦਿਖਾ ਰਿਹਾ ਵੀਰੋ, ਇਹਦੇ ਵਿੱਚ ਦੋ ਦਵਾਈਆਂ ਨੇ ਮੇਰੇ ਹੱਥ ਦੇ ਵਿੱਚ, ਇੱਕ ਤਾਂ ਓਸਟੋਪੈਟ ਹੈ, ਇੱਕ ਹੈਗੀ ਹੈ ਬਰੋਟੋਨ। ਇਹ ਵੀਰੋ ਦੋਵੇਂ ਦਵਾਈਆਂ ਬਹੁਤ ਕੰਮ ਦੀਆਂ ਨੇ, ਜਿੱਥੇ ਤੁਹਾਡੇ ਘਰਾਂ ਦੇ ਵਿੱਚ ਛੋਟੇ ਜਾਨਵਰ ਨੇ, ਚਾਹੇ ਕੁੱਤੇ ਰੱਖੇ ਹੋਏ ਨੇ, ਚਾਹੇ ਬਿੱਲੀਆਂ ਨੇ, ਚਾਹੇ ਖਰਗੋਸ਼ ਨੇ, ਚਾਹੇ ਬੱਕਰੀਆਂ ਦੇ ਛੋਟੇ ਬੱਚੇ ਨੇ, ਚਾਹੇ ਸੂਰੀਆਂ ਦੇ ਛੋਟੇ ਬੱਚੇ ਨੇ, ਉਹਨਾਂ ਦੀਆਂ ਹੱਡੀਆਂ ਕਮਜ਼ੋਰ ਵਾਸਤੇ ਵੀਰੋ ਆਪਾਂ ਆ ਓਸਟੋਵੈਟ ਇਹ ਦੇਣੀ ਹੈ। ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਜਿਵੇਂ ਤੁਹਾਡਾ ਵੀਰੋ ਜਾਨਵਰ 20 ਕਿਲੋ ਦਾ, ਉੱਥੇ ਤੁਸੀਂ 2 ml ਡੇਲੀ ਦੇ ਸਕਦੇ ਹੋ ਲਗਾਤਾਰ 15 ਦਿਨ। ਇਹ ਤੁਹਾਡੀ ਨਾਲੇ ਬੱਚਿਆਂ ਦੀ ਜਿਹੜੀ ਬੋਡੀ ਵਿਕਾਸ ਰੁਕਿਆ ਹੋਇਆ ਅਤੇ ਹੱਡੀਆਂ ਕਮਜ਼ੋਰ ਨੇ ਉਹਦੀ ਲੋਟ ਕਰੂਗਾ। ਅਤੇ ਆਹ ਜਿਹੜੀ ਦੂਜੀ ਦਵਾਈ ਹੈ ਵੀਰੋ, ਜਿਵੇਂ ਤੁਹਾਡਾ ਜਾਨਵਰ ਖਾਂਦਾ ਪੀਂਦਾ ਘੱਟ ਹੈ, ਸੁਸਤ ਹੋ ਕੇ ਬਹਿ ਜਾਂਦਾ, ਤਾਂ ਉੱਥੇ ਵੀਰੋ ਇਹ ਜਿਹੜੀ ਲਾਈਵ ਟੋਨਿਕ ਹੈ ਲੀਵਰ ਵਾਸਤੇ, ਲਾਈਵ ਈਸਟ ਵੀ ਹੈ, ਵਿਟਾਮਿਨ ਵੀ ਹੈ ਅਤੇ ਲੀਵਰ ਟੋਨਿਕ ਵੀ ਹੈ, ਕੈਲਸ਼ੀਅਮ ਵੀ ਇਹਦੇ ਵਿੱਚ। ਇਹ ਬਰੋਟੋਨ ਤੁਸੀਂ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ, ਜਿਵੇਂ 1 ml 2 ml ਦੀ ਬੋਡੀ ਵੇਟ ਦੇ ਹਿਸਾਬ ਨਾਲ ਦੇ ਕੇ ਉਹਨਾਂ ਨੂੰ ਭੁੱਖ ਲਾਉਣ ਦੇ ਵਿੱਚ ਮਦਦ ਕਰ ਸਕਦੇ ਹੋ ਅਤੇ ਉਹਨਾਂ ਦੀ ਜਾਨਾਂ ਨੂੰ ਬਚਾ ਸਕਦੇ ਹੋ। ਇਹੋ ਜਿਹੀਆਂ ਜਾਣਕਾਰੀਆਂ ਫ੍ਰੀ 'ਚ ਲੈਣ ਵਾਸਤੇ ਪੇਜ ਨੂੰ ਲਾਈਕ ਕਰ ਲਿਓ, ਵੀਡੀਓ ਵਧੀਆ ਲੱਗਦੀ ਹੈ ਗਾਹਾਂ ਸ਼ੇਅਰ ਕਰ ਦਿਓ ਕਿ ਤੁਹਾਨੂੰ ਇਹ 'ਚ ਇਕੱਲੀ ਇਕੱਲੀ ਚੀਜ਼, ਇਕੱਲੀ ਇਕੱਲੀ ਅਪਡੇਟ ਤੁਹਾਡੇ ਮੋਬਾਈਲਾਂ ਦੇ ਉੱਤੇ ਆਉਂਦੀ ਰਹੇ ਅਤੇ ਤੁਸੀਂ ਆਪਦੇ ਜਾਨਵਰਾਂ ਦੇ ਇਲਾਜ ਦੇ ਵਿੱਚ